ਇੱਕੋ ਪਰਿਵਾਰ ਦੇ ਚਾਰ ਜੀ, ਟੋਟਲ ਪੰਜ ਜੀ ਸੀ, ਜਿੱਥੋਂ ਚਾਰ ਜੀ ਇਸ ਉਤਾਈ ਘਟਨਾ ਵਿੱਚ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਕੇ ਜਾ ਚੁੱਕੇ ਨੇ। ਤਕਰੀਬਨ 12:30 ਵਜੇ ਦਾ ਇਹ ਵਾਰਦਾਤ ਹੋਈ ਸੀ। ਉਸ ਤੋਂ ਬਾਅਦ 2:30 ਵਜੇ 3 ਵਜੇ ਪਤਾ ਲੱਗਾ, ਮੈਂ ਵੀ ਆਇਆ ਔਰ ਮੌਕੇ 'ਤੇ ਜਿਹੜੇ ਪੁਲਿਸ ਅਧਿਕਾਰੀ ਸੀ ਉਹਨਾਂ ਨੂੰ ਸੂਚਿਤ ਕੀਤਾ ਗਿਆ। ਸੱਤ ਸਾਲ ਦੀ ਜਿਹੜੀ ਗੁੜੀ ਆ ਉਹ ਪਹਿਲੇ ਹੀ ਠੀਕ ਨਹੀਂ ਸੀ, ਇਹਨਾਂ ਦੀ ਇੱਕ ਉਹ ਜਿਹੜੀ ਗੰਭੀਰ ਇਸ ਹਾਦਸੇ 'ਚ ਜ਼ਖਮੀ ਹੋਈ ਆ, ਅਸੀਂ ਉਹਦੇ ਕੋਲ ਉੱਥੇ ਹਸਪਤਾਲ ਜਾ ਰਹੇ ਹਾਂ, ਉਹਦਾ ਇਲਾਜ ਕਰਾਵਾਂਗੇ। ਬਹੁਤ ਹੀ ਮਦਭਾਗੀ ਘਟਨਾ ਮੇਰੀ ਵਾਰਡ 'ਚ ਇੱਥੇ ਭਾਈ ਵੀਰ ਸਿੰਘ ਰੋਨੀ ਮੂਲੇ ਚੱਕ ਹੋਈ ਆ। ਇੱਕੋ ਪਰਿਵਾਰ ਦੇ ਚਾਰ ਜੀ, ਟੋਟਲ ਪੰਜ ਜੀ ਸੀ, ਜਿੱਥੋਂ ਚਾਰ ਜੀ ਇਸ ਉਤਾਈ ਘਟਨਾ ਵਿੱਚ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਕੇ ਜਾ ਚੁੱਕੇ ਨੇ ਔਰ ਪ੍ਰਸ਼ਾਸਨ ਵੱਲੋਂ ਤੁਸੀਂ ਦੇਖ ਰਹੇ ਹੋ, ਮੈਂ ਮੌਕੇ 'ਤੇ ਹਾਂ, ਸਾਡੇ ਮਾਨਯੋਗ ਕੈਬਨਿਟ ਮੰਤਰੀ ਓਮ ਪ੍ਰਕਾਸ਼ ਜੀ ਸੋਨੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਫੌਰੀ ਤੌਰ 'ਤੇ, ਕਿਉਂਕਿ ਰਾਤ ਦਾ ਤਕਰੀਬਨ 12:30 ਵਜੇ ਦਾ ਇਹ ਵਾਰਦਾਤ ਹੋਈ ਸੀ। ਉਸ ਤੋਂ ਬਾਅਦ 2:30 ਵਜੇ 3 ਵਜੇ ਪਤਾ ਲੱਗਾ, ਮੈਂ ਵੀ ਆਇਆ ਔਰ ਮੌਕੇ 'ਤੇ ਜਿਹੜੇ ਪੁਲਿਸ ਅਧਿਕਾਰੀ ਸੀ ਉਹਨਾਂ ਨੂੰ ਸੂਚਿਤ ਕੀਤਾ ਗਿਆ, ਡਾਕਟਰਾਂ ਦੀ ਟੀਮ ਨੂੰ ਗਿਆ ਔਰ ਡੈੱਡ ਬੋਡੀਆਂ ਜਿਹੜੀਆਂ ਉਹ ਚਾਰੇ ਇਸ ਵੇਲੇ ਸਿਵਲ ਹਸਪਤਾਲ ਵਿੱਚ ਲੈ ਕੇ ਜਾ ਚੁੱਕੇ ਨੇ, ਉਹਦਾ ਪੋਸਟਮਾਰਟਮ ਕਰ ਲਈ, ਉਸ ਤੋਂ ਬਾਅਦ ਪੋਸਟਮਾਰਟਮ ਕਰ ਲਈ ਜਾਣਗੇ। ਔਰ 7 ਸਾਲ ਦੀ ਜਿਹੜੀ ਗੁੜੀ ਆ ਉਹ ਪਹਿਲੇ ਹੀ ਠੀਕ ਨਹੀਂ ਸੀ, ਇਹਨਾਂ ਦੀ ਇੱਕ ਉਹ ਜਿਹੜੀ ਗੰਭੀਰ ਇਸ ਹਾਦਸੇ 'ਚ ਜ਼ਖਮੀ ਹੋਈ ਆ, ਅਸੀਂ ਉਹਦੇ ਕੋਲ ਉੱਥੇ ਹਸਪਤਾਲ ਜਾ ਰਹੇ ਹਾਂ, ਉਹਦਾ ਇਲਾਜ ਕਰਾਵਾਂਗੇ ਔਰ ਪ੍ਰਸ਼ਾਸਨ ਵੱਲੋਂ ਸਾਡੇ ਮਾਨਯੋਗ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਜੋ ਵੀ ਸੰਭਵ ਸਹਾਇਤਾ ਹੈ ਉੱਥੇ ਪਹੁੰਚਾਈ ਜਾ ਰਹੀ ਆ, ਅਫਸਰਾਂ ਨਾਲ ਵੀ ਮੌਕੇ ਮੌਕੇ 'ਤੇ ਗੱਲਬਾਤ ਕੀਤੀ ਜਾ ਰਹੀ ਹੈ। ਪੰਡਿਤ ਕਾਸ਼ੀਰਾਮ ਜੀ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗ ਤੋਂ ਪਰੇਸ਼ਾਨ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਪੰਡਿਤ ਕਾਸ਼ੀਰਾਮ ਜੀ, ਅੱਜ ਹੀ ਫੋਨ ਕਰੋ।